ਦੋਸਤੋ, ਕੁਝ ਸਿੱਧੂ ਮੂਸੇਵਾਲੇ ਦੀਆਂ ਰੇਅਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਗਾਣੇ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਕੁਝ ਤਸਵੀਰਾਂ ਨੇ, ਅਤੇ ਗਾਣੇ ਦੇ ਵਿੱਚ ਇੱਕ ਲਾਈਨ ਵੀ ਆ ਦੋਸਤੋ, ਗਲੋਕ ਮੇਰੀ ਲੈਪ 'ਤੇ ਅਤੇ 30 ਦਾ ਕਲਿੱਪ ਆ। ਤੁਸੀਂ ਦੇਖ ਸਕਦੇ ਹੋ ਜੋ ਵੀ ਗਾਣੇ ਬਣਾਏ ਆ ਰਿਐਲਿਟੀ 'ਤੇ ਬਣਾਏ ਆ। ਸਿੱਧੂ ਮੂਸੇਵਾਲੇ ਨੇ ਇੱਕ ਤਸਵੀਰ ਇਹ ਵੀ ਆਈ ਆ ਜੋ ਕਿ ਗਲੋਕ ਪਿਆ ਸਿੱਧੂ ਮੂਸੇਵਾਲੇ ਦੀ ਲੈਪ ਦੇ ਵਿੱਚ। ਮੂਸਾ ਮੂਸਈਆ ਇਸ ਦੀ ਰੀਸ ਨਹੀਂ ਹੋਣੀ। ਬਾਕੀ ਦੋਸਤੋ, ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ। 15-20 ਗਾਣੇ ਹੋਰ ਪਏ ਨੇ। ਸਨੀ ਮਲਟਨ ਨੇ ਆਪਣੇ ਲੇਟੈਸਟ ਜਿਹੜੇ ਕਿ ਵੀਡੀਓ ਸੀ, ਰਿਐਕਸ਼ਨ ਵੀਡੀਓ, ਉਹਦੇ ਵਿੱਚ ਕਿਹਾ ਵੀ 15-20 ਗਾਣੇ ਸਿੱਧੂ ਨੇ ਮੈਨੂੰ ਮਈ ਦੇ ਵਿੱਚ ਸੈਂਡ ਕੀਤੇ। ਯਾਨੀ ਕਿ ਸਿੱਧੂ ਦੇ ਕੋਲ 15-20 ਗਾਣੇ ਉਸ ਸਮੇਂ ਪਏ ਸੀ। ਅੱਜ ਦੀ ਡੇਟ 'ਤੇ ਕਿਸੇ ਹੋਰ ਸਿੰਗਰ ਨੂੰ ਪੁੱਛ ਲਓ, ਇੱਕ ਗਾਣਾ ਨਹੀਂ ਰਿਕਾਰਡ ਹੋਇਆ ਹੁੰਦਾ ਉਹਨਾਂ ਦਾ, ਅਤੇ ਸਿੱਧੂ ਦੇ ਤਾਂ 60-70 ਗਾਣੇ ਰਿਕਾਰਡ ਪਏ ਨੇ। 2022 ਮੇ 'ਚ ਮੈਨੂੰ ਗਾਣਾ ਭੇਜਿਆ ਸੀ ਬਾਈ ਨੇ, ਹੈ ਨਾ। ਉਦੋਂ ਮੈਨੂੰ ਬਾਈ ਨੇ ਮੈਨੂੰ ਆਲਮੋਸਟ ਜਿਵੇਂ 15-18 ਗਾਣੇ ਭੇਜੇ ਸੀ ਲਗਾਤਾਰ। ਹੁਣ ਦੱਸੋ ਦੋਸਤੋ, ਕਮੈਂਟਾਂ 'ਚ ਹੈ ਕੋਈ ਹੋਰ ਸਿੱਧੂ ਦੀ ਟੱਕਰ ਦਾ? ਜੇ ਨਹੀਂ ਤਾਂ ਸਿੱਧੂ ਮੂਸੇਵਾਲਾ ਜਿੰਦਾਬਾਦ ਜ਼ਰੂਰ ਲਿਖਿਓ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਸਪੋਰਟ ਕਰੋ ਗਾਣੇ ਦੀ। ਸਪੋਟੀਫਾਈ 'ਤੇ ਸੁਣੋ। ਧੰਨਵਾਦ।